ਕਦੇ ਸੜਕ ਦੇ ਉੱਤੇ ਡੰਡ ਮਾਰ ਰਿਹਾ ਹੈ ਤੇ ਕਦੇ ਆਪਣੀ ਟੀ ਸ਼ਰਟ ਨੂੰ ਉਤਾਰ ਕੇ ਆਪਣੇ ਡੋਲਿਆਂ ਦਾ ਪੋਜ਼ ਬਣਾ ਰਿਹਾ ਤੇ ਕਦੇ ਬਾਈਕ ਨੂੰ ਹੱਥ ਛੱਡ ਕੇ ਚਲਾ ਰਿਹਾ ਤੇ ਨਾਲ ਹੀ ਨਾਲ ਸੜਕ ਦੇ ਉੱਤੇ ਅੱਧੀ ਰਾਤ ਨੂੰ ਡੰਡ ਮਾਰ ਰਿਹਾ। ਜੀਆਂ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਹੋਣ ਦੇ ਲਈ ਜੋ ਨੌਜਵਾਨ ਨੇ ਉਹ ਕੀ ਕੁਝ ਨਹੀਂ ਕਰਦੇ, ਪਰ ਇਹ ਕਈ ਵਾਰ ਕੀਤੀਆਂ ਹਰਕਤਾਂ ਭਾਰੀ ਵੀ ਪੈ ਜਾਂਦੀਆਂ ਨੇ। ਜੀ ਹਾਂ, ਦੱਸ ਦਈਏ ਕਿ ਜਿਵੇਂ ਇਸ ਨੌਜਵਾਨ ਨੂੰ ਕਾਫੀ ਭਾਰੀ ਪਈਆਂ ਨੇ, ਕਿਉਂਕਿ ਜਿਵੇਂ ਇਸ ਨੌਜਵਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਦਾ ਚਲਾਨ ਕੱਟ ਦਿੱਤਾ ਗਿਆ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਕਿ ਇਹ ਨੌਜਵਾਨ ਕਦੇ ਸੜਕ ਦੇ ਉੱਤੇ ਡੰਡ ਮਾਰਦਾ, ਫਿਰ ਟੀ ਸ਼ਰਟ ਉਤਾਰਦਾ ਤੇ ਫਿਰ ਆਪਣੇ ਡੋਲਿਆਂ ਦਾ ਪੋਜ਼ ਬਣਾਉਂਦਾ। ਹਾਲਾਂਕਿ ਪੂਰੀ ਮਿਹਨਤ ਲਾ ਕੇ ਇਹਨੇ ਆਪਣਾ ਸਰੀਰ ਜੋ ਹੈ ਉਹ ਤਰਾਸ਼ਿਆ ਹੋਇਆ, ਪਰ ਕਿਤੇ ਨਾ ਕਿਤੇ ਹੁਣ ਇਸ ਨੂੰ ਇਸਦੀ ਫੂਕਰੀ ਕਰਨਾ ਮਹਿੰਗਾ ਪੈ ਗਿਆ, ਕਿਉਂਕਿ ਪੁਲਿਸ ਦੇ ਵੱਲੋਂ ਇਸਦਾ ਚਲਾਨ ਕੀਤਾ ਗਿਆ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸਦੀਆਂ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਇਹ ਇੱਕ ਰੇਸਰ ਬਾਈਕ ਲੈ ਕੇ ਪਹਿਲਾਂ ਤਾਂ ਹੱਥ ਛੱਡ ਕੇ ਸੜਕ ਦੇ ਉੱਤੇ ਉਸਨੂੰ ਭਜਾ ਰਿਹਾ ਅਤੇ ਫਿਰ ਇੱਕ ਥਾਂ ਦੇ ਉੱਤੇ ਇਸਨੇ ਆਪਣੇ ਬਾਈਕ ਨੂੰ ਗੋਲ ਗੋਲ ਘੁਮਾਇਆ ਅਤੇ ਪੂਰੀ ਰੇਸ ਦੇ ਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਨੇ, ਜਿਸ ਤੋਂ ਬਾਅਦ ਹੁਣ ਪੁਲਿਸ ਹਰਕਤ ਦੇ ਵਿੱਚ ਆਈ ਤੇ ਇਸ ਦਾ ਚਲਾਨ ਕਰ ਦਿੱਤਾ ਹੈ। ਜਿਹਾ ਇਹ ਵਾਇਰਲ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਜਿਮ ਇਨਫਲੂਐਂਸਰ ਨੂੰ ਚੌੜ ਕਰਨੀ ਕਾਫੀ ਮਹਿੰਗੀ ਪੈ ਗਈ ਹੈ ਤੇ ਉਸਦੀ ਇਹ ਵੀਡੀਓ ਵਾਇਰਲ ਹੁੰਦੇ ਸਾਰ ਪੁਲਿਸ ਹਰਕਤ ਦੇ ਵਿੱਚ ਆਈ ਤੇ ਉਸਦਾ ਚਲਾਨ ਕੱਟ ਦਿੱਤਾ ਗਿਆ। ਕਦੇ ਸੜਕ ਦੇ ਉੱਤੇ ਡੰਡ ਮਾਰ ਰਿਹਾ ਤੇ ਕਦੇ ਆਪਣੀ ਟੀ ਸ਼ਰਟ ਨੂੰ ਉਤਾਰ ਕੇ ਆਪਣੇ ਡੋਲਿਆਂ ਦਾ ਪੋਜ਼ ਬਣਾ ਰਿਹਾ ਤੇ ਕਦੇ ਬਾਈਕ ਨੂੰ ਹੱਥ ਛੱਡ ਕੇ ਚਲਾ ਰਿਹਾ ਤੇ ਨਾਲ ਹੀ ਨਾਲ ਸੜਕ ਦੇ ਉੱਤੇ ਅੱਧੀ ਰਾਤ ਨੂੰ ਡੰਡ ਮਾਰ ਰਿਹਾ। ਜੀਆਂ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਹੋਣ ਦੇ ਲਈ ਜੋ ਨੌਜਵਾਨ ਨੇ ਉਹ ਕੀ ਕੁਝ ਨਹੀਂ ਕਰਦੇ, ਪਰ ਇਹ ਕਈ ਵਾਰ ਕੀਤੀਆਂ ਹਰਕਤਾਂ ਭਾਰੀ ਵੀ ਪੈ ਜਾਂਦੀਆਂ ਨੇ। ਜੀ ਹਾਂ, ਦੱਸ ਦਈਏ ਕਿ ਜਿਵੇਂ ਇਸ ਨੌਜਵਾਨ ਨੂੰ ਕਾਫੀ ਭਾਰੀ ਪਈਆਂ ਨੇ, ਕਿਉਂਕਿ ਜਿਵੇਂ ਇਸ ਨੌਜਵਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸਦਾ ਚਲਾਨ ਕੱਟ ਦਿੱਤਾ ਗਿਆ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਕਿ ਇਹ ਨੌਜਵਾਨ ਕਦੇ ਸੜਕ ਦੇ ਉੱਤੇ ਡੰਡ ਮਾਰਦਾ, ਫਿਰ ਟੀ ਸ਼ਰਟ ਉਤਾਰਦਾ ਤੇ ਫਿਰ ਆਪਣੇ ਡੋਲਿਆਂ ਦਾ ਪੋਜ਼ ਬਣਾਉਂਦਾ। ਹਾਲਾਂਕਿ ਪੂਰੀ ਮਿਹਨਤ ਲਾ ਕੇ ਇਹਨੇ ਆਪਣਾ ਸਰੀਰ ਜੋ ਹੈ ਉਹ ਤਰਾਸ਼ਿਆ ਹੋਇਆ, ਪਰ ਕਿਤੇ ਨਾ ਕਿਤੇ ਹੁਣ ਇਸ ਨੂੰ ਇਸਦੀ ਫੂਕਰੀ ਕਰਨਾ ਮਹਿੰਗਾ ਪੈ ਗਿਆ, ਕਿਉਂਕਿ ਪੁਲਿਸ ਦੇ ਵੱਲੋਂ ਇਸਦਾ ਚਲਾਨ ਕੀਤਾ ਗਿਆ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸਦੀਆਂ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਇਹ ਇੱਕ ਰੇਸਰ ਬਾਈਕ ਲੈ ਕੇ ਪਹਿਲਾਂ ਤਾਂ ਹੱਥ ਛੱਡ ਕੇ ਸੜਕ ਦੇ ਉੱਤੇ ਉਸਨੂੰ ਭਜਾ ਰਿਹਾ ਤੇ ਫਿਰ ਇੱਕ ਥਾਂ ਦੇ ਉੱਤੇ ਇਸਨੇ ਆਪਣੇ ਬਾਈਕ ਨੂੰ ਗੋਲ ਗੋਲ ਘੁਮਾਇਆ ਅਤੇ ਪੂਰੀ ਰੇਸ ਦੇ ਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਨੇ, ਜਿਸ ਤੋਂ ਬਾਅਦ ਹੁਣ ਪੁਲਿਸ ਹਰਕਤ ਦੇ ਵਿੱਚ ਆਈ ਤੇ ਇਸਦਾ ਚਲਾਨ ਕਰ ਦਿੱਤਾ ਹੈ। ਜਿਹਾ ਇਹ ਵਾਇਰਲ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਜਿਮ ਇਨਫਲੂਐਂਸਰ ਨੂੰ ਚੌੜ ਕਰਨੀ ਕਾਫੀ ਮਹਿੰਗੀ ਪੈ ਗਈ ਹੈ ਤੇ ਉਸਦੀ ਇਹ ਵੀਡੀਓ ਵਾਇਰਲ ਹੁੰਦੇ ਸਾਰ ਪੁਲਿਸ ਹਰਕਤ ਦੇ ਵਿੱਚ ਆਈ ਤੇ ਉਸਦਾ ਚਲਾਨ ਕੱਟ ਦਿੱਤਾ ਗਿਆ।